आलो 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 इस जालमा मेरे अंदर नल की बनना है नाल लाओ आओ मैं जरा फड़िया मैं नाल लाऊंगा ही फड़िया ਸਾਲਿਆ ਤੋਂ ਵੀ ਲਾਵਾਂਗੇ ਉਹਦਾ ਵੀ ਲਾਵਾਂਗੇ ਜਦੋਂ ਹੱਥੋਂ ਗੱਲ ਨਿਕਲ ਗਈ ਉਹਦਾ ਵੀ ਲਾਵਾਂਗੇ ਇਹਦੀ ਨਾਮ ਹੀ ਪਰ ਇਹਦੀ ਨਾਮ ਹੀ ਪਰ ਕਿਉਂ ਕਿਉਂ ਨਵੇਂ ਪੰਗੇ ਚ ਨਾ ਪੇਪਰ ਸਿਰ ਤੇ ਆ ਆ ਰਾਤੇ ਜੱਤੀ ਰੱਖ ਕੇ ਸੁੱਤਾ ਸੀ ਇਹ ਤੇਰੇ ਕਰਜ਼ਾ ਵੀ ਸਿਰ ਤੇ ਆ ਤੈਨੂੰ ਪਤਾ ਦੋ ਡੰਡੇ ਸਾਰੇ ਉਹਦੇ ਤੇ ਦੇਖ ਲਥੀ ਆ ਤੂੰ ਆ ਮੇਰੀ ਮਗੇਤਰ ਤੇ ਨਾ ਮੈਂ ਕਰਾਉਣਾ ਵਿਆਹ ਨਹੀਂ ਮੈਂ ਤੇਰੀ ਨਹੀਂ ਮੈਂ ਮੇਰੇ ਜੋ ਸੁਭਾਤ ਅੰਦਰ ਦੇ ਅੰਦਰ ਹੀ ਮੈਂ ਤੇ ਨਾ ਵਿਆਹ ਨਹੀਂ ਕਰਵਾਉਣਾ ठंडा पानी तो पाउंडे कपड़े मारना मूह ते भैन भरा का मसला तू सारा लगता फिल्मा लगो के लिया दी काला तुहानू पता का वालदा का ब्लैक बॉक्स आ ਇਹਦੇ ਵਿੱਚ ਸਾਡੀ ਵਾਲਦਾ ਦੀਆਂ ਗੱਲਾਂ ਨੇ ਤੇ ਜੋ ਮਰਜ਼ੀ ਕਹੋ ਮੈਂ ਤੈਨੂੰ ਹੀ ਟੈਸਟ ਕਰਨਾ ਮੇਰੇ ਸੀਨੇ ਨਾਲ ਲੱਗ ਜਾ ਹਾਰ ਪਾ ਹੋਏਗੇ ਹੁਣ 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 ਤੁਹਾਡੇ ਪੱਲੇ ਕੀ ਰਹਿ ਗਿਆ ਉਹ ਜਿਹੜੀ ਤੇਰੇ ਕੋਲ ਆਈ ਆ ਉਹਦਾ ਪੱਲੇ ਕੀ ਰਹਿ ਗਿਆ ਇਹ ਦੱਸ ਉਹਨੂੰ ਚਾਕਲੇਟ ਕਲਰ ਪਸੰਦ ਆ ਆਈ ਲਵ ਚਾਕਲੇਟ ਇਹ ਚਾਕਲੇਟ ਨਾਲੀ 'ਚ ਗਿਰੀ ਹੋਈ ਆ ਇਹ ਤੋਂ ਪਰੇ ਹੋ ਜਾ ਇਹ ਤੋਂ ਪਰੇ ਹੋ ਜਾ ਇਹ ਸਾਲੇ ਨੇ ਦੁੱਧ ਨੂੰ ਇਹ ਤੋਂ ਪਰੇ ਹੋ ਜਾ ਇਹਨੇ ਦੁੱਧ ਨੂੰ ਪੱਤੀ ਲਾ ਦੇਣੀ ਆ ਹੁਣ ਬਾਪ ਨਾਲੇ ਮਰ ਗਏ ਆ ਪਤਾ ਨਹੀਂ ਬਸ ਮੇਰਾ ਇਹੀ ਫੈਸਲੇ ਮੇਰੀਆਂ ਪਸਲੀਆਂ ਤੋੜ ਦੇ ਇਹਦੀਆਂ ਪਸਲੀਆਂ ਮੈਂ ਤੋੜਦਾ ਤੇਰੀ ਭੈਣ ਤੇਰੀ ਇਹ ਕਾਲੇ ਦੀਆਂ ਪਸਲੀਆਂ ਤੇਰੇ ਕਿੱਥੇ ਤੋੜਨੀਆਂ ਮੈਂ ਅੱਜ ਥੋੜੀ ਕਹਿ ਰਹੀਆਂ ਹਾਂ ਕਿਹਦਾ ਮੈਂ ਕਹਿ ਰਹੀਆਂ ਮੇਰੇ ਕੱਟ ਕੜਾ ਕੇ तस्लीम गंदे कम्मां दी वजह तो तेरी सगी बुढ़ी भाई तस्लीम कहती है कुछ शर्म होंदी है असि स्पोर्ट्समैन आ मेरे अगे हरकत कर नेवर ढाई कनाल दी कोठी देवे ढाई मरबे जमीन नावे लावे पांच करोड़ रुपया सालाना ते दस लाख रुपया महाना देवे एक पराटो देवे मल्टीप्लाई वीजा देवे जिथे मर्जी आवे जावे जेड़ा बंदा ए शर्तां पूरियां करेगा ओदे नाल शादी करवानी आ होर किसे नाल नहीं करवानी ए बंदा तैनू मिले ते मैनू मनाउणा है क्यों मैं अपनी भैण देणी है इहनू सालिया पांच करोड़ तैनू देणा तैनू कैंसर आ सालिया एक लख दे ते मेरे टिशू ही लग जांदे टिशू लग दे उत्ते कुहाड़ी मार ली है तू तो पागल अपना खर्चा वधाया लाख रुपये टिशू लाई जानी हाँ। तो 700 रुपये का लाके वैपर ला ला उन्हें हर्षा पर सुटी जानी है तेरी एडवाइस से फिट्टे मुंह ये तेरा स्टेटस ही नहीं है का हाँ रिजेक्ट मैं एक डबल रोटी नहीं एक्सेप्ट कर सकती एंड इतने मेरा थ्रो कट देना डबल रोटी है सिंगल सिंगल रोटी है लाओ ए जानवन पीस है तेरे को क्यों होना है तो मेरे अरमान
ਇਧਰ ਆ ਯਾਰ ਕਾਫਰ ਦਾ ਜਵਾਈ ਹੁੰਦਾ ਇਧਰ ਬਗਾਨੇ ਬੰਦੇ ਦਾ ਜਵਾਈ ਬਣਾਈ ਨਾ ਮੈਂ ਆਪਣਾ ਹੀ ਬਣਾਈ ਜਾਣਾ ਮੈਨੂੰ ਨਹੀਂ ਮੈਂ ਨਹੀਂ ਵਿਆਹ ਕਰ ਸਕਦੀ ਪਿੰਡੂ ਆਨੰਦ ਆ ਮੇਰਾ ਕਾਲਾ ਚੈੱਕ ਕਰੋ ਸਾਡਾ ਕਾਲਾ ਚੈੱਕ ਕਰੋ ਰੋਸਲ ਦਿਓ ਲੈ ਲਓ ਉਹ ਕਾਲਾ ਲੈ ਲਓ ਹਾਲਾਂਕਿ ਉਹਦਾ ਰੇਟ ਬਹੁਤ ਲੱਗਣ ਡਿਆ ਸੀ ਤੁਹਾਡੇ ਕਰਕੇ ਤੁਸੀਂ ਕਿੰਨੇ ਦਿਨੇ ਕਿੰਨੇ ਜਾ ਕਾਲਾ ਲਾਜੋ ਤੁਹਾਡਾ ਵਾ ਸਾਡਾ ਵੀ ਵਧੀਆ ਕਾਲਾ ਮੇਰਾ ਉਹਨੂੰ ਦੱਸਿਆ ਕਰੋ ਜ਼ੈਨ ਹਾਜ਼ਰ ਆ ਓ ਮਾਈ ਗੋਡ ਜ਼ੈਨ ਹਾਜ਼ਰ ਕਹਿੰਦਾ ਉਹਦਾ ਜ਼ੈਨ ਹਾਜ਼ਰ ਨਹੀਂ ਆ ਇਹ ਕਾਲੇ ਇਹ ਕਾਲੇ ਦਾ ਤੈਨੂੰ ਫਾਇਦਾ ਇਹਦੇ ਬੱਚੇ ਬਹੁਤ ਮਹਿੰਗੇ ਵਿਕਣੇ ਜੇ ਇਹ ਜਰਮਨ ਸ਼ਾਫਰਡ ਆ ਨਹੀਂ ਮੈਂ ਹਲ ਫੈਸਲਾ ਕਰ ਲਿਆ ਪਿਛਲੇ ਸਾਲ 2 ਸੂਏ ਲਏ ਇਹਨਾਂ ਨੇ ਕੁੱਤੀ ਇਹਨਾਂ ਦੀ ਬੜੀ ਹੈਵੀ ਆ ਘਰੋਂ ਹੀ ਪੂ ਉਹਨੇ ਤੇ ਪਹਿਲੇ ਮੈਨੂੰ ਨਾ ਘੇਟਾਂ ਪਹਿਲੇ ਆ ਕੇ ਸਤਾਇਆ ਕਰਦੀ ਰਹੀ ਆ ਉਹਨੇ ਪੂਛ ਨਹੀਂ ਥੱਲੇ ਕੀਤੀ ਇਹ ਆਵੇਂ ਜੀ ਤਗੜਾ ਹੋਇਆ ਇਹਨੇ ਰੱਜ ਕੇ ਉਹਦੀ ਬੋਲੀ ਖਾਦੀ ਆ ਇਹ ਮੇਰੇ ਭਰਾ ਦੀ ਕੁੱਤਿਆਂ ਨਾਲ ਵੈਸੇ ਹੀ ਯਾਰੀ ਦੋਸਤੀ ਆ ਹਾਂਜੀ ਯਕੀਨ ਕਰ ਕੁੱਤੇ ਆਪਣੇ ਬੱਚਿਆਂ ਨੂੰ ਦੁੱਧ ਪਿਲਾਉਣ ਲਈ ਤੇ ਆਪ ਮੁੱਤ ਮੇਰੇ ਕੋਲ ਹੋ ਲੋ ਕੇ ਕਹਿੰਦਾ ਇਹਨਾਂ ਨੂੰ ਦੁੱਧ ਪਿਲਾ ਕੇ ਨਾ ਮੇਰੀ ਗੱਲ ਸੁਣ ਕੁੱਤੀ 10 ਮਿੰਟ ਲੇਟ ਹੋ ਗਈ ਆ ਤੇ ਵਾਪਸ ਆ ਕੇ ਕੁੱਤੀ ਨਾਲ ਗਿਲੇ ਕਰਨ ਡਿਆ ਹੁੰਦਾ ਪਤਾ ਵੀ ਆ ਵੀ ਸਵੇਰੇ ਕੰਮ ਤੇ ਜਾਣਾ ਗੱਡੀ ਚ ਤੁਸੀਂ ਬੈਗ ਭੁੱਲ ਗਏ ਸੀ ਉਹ ਮੈਂ ਕਿਹਾ ਮੈਂ ਤੁਹਾਨੂੰ ਦੇ ਆਵਾਂ ਜਨਾਬ ਉਹ ਯਾਰ ਤੈਨੂੰ ਪਤਾ ਨਹੀਂ ਇਹਦੇ ਵਿੱਚ ਕੀ ਹੈ ਕੀ ਹੈ ਜੀ ਇਹਦੇ ਚ 20 ਲੱਖ ਰੁਪਈਆ ਹੈ ਕਿੰਨਾ 20 ਲੱਖ ਤੇ ਫਿਰ ਕਿਹੜੀ ਗੱਲ ਹੈ ਜਨਾਬ 20 ਲੱਖ ਦਾ ਤੁਹਾਡਾ ਤੁਹਾਡੀ ਮਾਨ ਸੀ ਤੁਹਾਨੂੰ ਦੇਤਾ ਵਾ ਜਨਾਬ ਯਾਰ ਕਿਹਸਾ ਇਮਾਨਦਾਰ ਆਦਮੀ ਹੈ ਤੂੰ ਉਹ ਤਾਂ ਦਿਲ ਹੀ ਬੇਈਮਾਨ ਹੋਇਆ ਸਾਰੇ ਪੈਸਾ ਹੱਥ ਦੀ ਮੈਲ ਹੈ ਅੱਜ ਤੁਹਾਡੇ ਕੋਲ ਹੈ ਕੱਲ ਕਿਸੇ ਹੋਰ ਕੋਲ ਹੈ ਪੈਸੇ ਦੀ ਆਉ ਚਲਾਈ ਲੱਗੀ ਰਹਿੰਦੀ ਹੈ ਇਨਸਾਨ ਦਾ ਇਮਾਨ ਸਲਾਮਤ ਰਹਿਣਾ ਚਾਹੀਦਾ ਕਿਉਂਕਿ ਪੈਸਾ ਨਹੀਂ ਨਾਲ ਜਾਣਾ ਬੰਦੇ ਦਾ ਇਮਾਨ ਨਾਲ ਜਾਣਾ ਜੀ ਵਾਹ ਜੀ ਵਾਹ ਯਾਰ ਕਿਤੇ ਸੋਹਣੇ ਕੰਮ ਕਰ ਰਿਹਾ ਠੀਕ ਹੈ ਨਾ 10 20 ਲੱਖ ਰੁਪਈਆ ਸੀ ਸਾਰਾ ਬੇਈਮਾਨ ਨਹੀਂ ਹੋਇਆ ਇਹ ਹਾਂਜੀ ਉਹ ਗੱਡੀ ਗੱਡੀ ਦਾ ਕਿਰਾਇਆ ਨਹੀਂ ਦਿੱਤਾ ਤੁਸੀਂ ਜਨਾਬ ਹਾਂ ਹਾਂ ਕਿੰਨਾ ਕਿਰਾਇਆ ਤੇਰਾ 20 ਲੱਖ ਰੁਪਈਆ ਜੀ ਉਹ ਕਿਸ ਤਰ੍ਹਾਂ ਕਿਉਂਕਿ ਮੈਨੂੰ ਪਤਾ ਨਹੀਂ ਸੀ ਇੱਥੇ 3300 ਨੂੰ 20 ਲੱਖ ਕਹਿੰਦੇ ਆ ਯਾਰ ਉਹ 20 ਲੱਖ ਰੁਪਈਆ ਦੇ ਵਿੱਚ ਦਵਾਈ ਪਈ ਸੀ ਉਹ ਮੈਂ ਖਾ ਲਈ ਜਨਾਬ ਉੱਤੇ ਲਾਉਣ ਵਾਲੀ ਸੀ ਚਲੋ ਕੋਈ ਨੀ ਜਿੱਥੇ ਲਾਉਣੀ ਸੀ ਹੁਣ ਉੱਥੇ ਥੁੱਕਦਾ ਰਵਾਂਗਾ ਅੱਛਾ ਹਾਂਜੀ ਨੌਕਰੀ ਨਹੀਂ ਤੇਰੇ ਕੋਲ ਹੈਗੀ ਨੌਕਰੀ ਨਹੀਂ ਹੈ ਜਨਾਬ ਭੁੱਖੇ ਇਮਾਨਦਾਰ ਬੰਦਾ ਹੈ ਤੂੰ ਮਿਹਰਬਾਨੀ ਤੂੰ ਸਾਡੇ ਕੋਲ ਇੱਥੇ ਕੰਮ ਕਰ ਠੀਕ ਹੈ ਜੀ ਤੂੰ ਟੈਕਸੀ ਚਲਾਇਆ ਕਰ ਠੀਕ ਹੈ ਜੀ ਠੀਕ ਹੈ ਨਾ ਤੇ ਟੈਕਸੀ ਚਲਾਇਆ ਕਰ ਆਹ ਤੁਹਾਡੀ ਜਿਹੜੀ ਘਰੇਲੂ ਗੱਡੀ ਹੈ ਦੇ ਉੱਤੇ ਟੈਕਸੀ ਲਗਾ ਦਈਏ ਜੀ ਲੈ ਯਾਰ ਘਰੇਲੂ ਅੰਦਰ ਤਿੰਨ ਟੈਕਸੀਆਂ ਪਈਆਂ ਨੇ ਸਾਰੇ ਕਿਹੜੀਆਂ ਪਈਆਂ ਹੋਏ ਓਏ ਕਿਹੜੀਆਂ ਟੈਕਸੀਆਂ ਓਏ ਓਏ ਬਕਵਾਸ ਕਰਨ ਡਿਆ ਚਲ